ਇਹ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਰੇਡੀਓ ਯੂਐਸਏ ਅਮਰੀਕਾ ਚ ਪੰਜਾਬੀਆਂ ਦੀ ਆਪਣੀ ਆਵਾਜ਼ ਆਪ ਆਪਣੀ ਆਵਾਜ਼ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਨੂੰ ਲੈ ਕੇ ਮੈਂ ਹਾਜ਼ਰ ਹਾਂ ਗੌਤਮ ਰਿਸ਼ੀ ਅੱਜ ਜਿਸ ਸਖਸ਼ੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹਾਂ ਉਹ ਹਨ ਸ਼ਵਿੰਦਰ ਮਾਹਲ ਸ਼ਵਿੰਦਰ ਮਾਹਲ ਦਰਜਨਾਂ ਫਿਲਮਾਂ ਵਿੱਚ ਬਤੌਰ ਹੀਰੋ ਖਲਨਾਇਕ ਤੇ ਵੱਖਰੇ ਕਿਰਦਾਰ ਨਿਭਾ ਚੁੱਕੇ ਨੇ ਤਕਰੀਬਨ 25 ਸਾਲ ਤੋਂ ਅਦਾਕਾਰੀ ਖੇਤਰ ਵਿੱਚ ਡਟੇ ਹੋਏ ਸ਼ਵਿੰਦਰ ਮਾਹਲ ਦਾ ਪੁਰਾਣੇ ਤੇ ਨਵੇਂ ਦੌਰ ਦੀਆਂ ਫਿਲਮਾਂ ਦਾ ਲੰਮਾ ਤਜਰਬਾ ਹੈ ਸ਼ਵਿੰਦਰ ਮਾਹਲ ਜੀ ਪੰਜਾਬੀ ਰੇਡੀਓ ਯੂਐਸਏ ਤੇ ਤੁਹਾਡਾ ਸਵਾਗਤ ਹੈ ਹਿੰਦੁਸਤਾਨ ਤੋਂ ਦੂਰ ਪੰਜਾਬ ਤੋਂ ਦੂਰ ਯਾਨੀ ਕਿ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਹੈ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ ਰੇਡੀਓ ਸੁਣਨ ਵਾਲੇ ਖਾਸ ਕਰਕੇ ਮੇਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਸਲਾਮ ਸ਼ਵਿੰਦਰ ਮਹਾਲ ਜੀ ਤੁਹਾਡਾ ਫਿਲਮ ਕੈਰੀਅਰ ਤਕਰੀਬਨ 25 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਸ਼ੁਰੂਆਤ ਕਿਵੇਂ ਹੋਈ ਵੈਸੇ ਤਾਂ ਹਰ ਉਹ ਨੌਜਵਾਨ ਫਿਲਮ ਲਾਈਨ ਵੱਲ ਅਟਰੈਕਟ ਹੈ ਹੀ ਜੀ ਮੈਂ ਵੀ ਅਜ ਤੋਂ ਕੋਈ 25 ਨਹੀਂ ਬਲਕਿ 30 ਸਾਲ ਪਹਿਲਾਂ ਕਾਲਜ ਤੋਂ ਨਿਕਲ ਦੇ ਫਿਲਮ ਲਾਈਨ ਦੇ ਵਿੱਚ ਪੈਰ ਰੱਖਿਆ ਜੀ ਇਹ ਵੀ ਇੱਕ ਬਹੁਤ ਹੀ ਛੋਟੀ ਜਿਹੀ ਪਿਆਰੀ ਜਿਹੀ ਕਹਾਣੀ ਹੈ ਜਿਹਨੂੰ ਮੈਂ ਕੁਝ ਇੱਕ ਸ਼ਬਦਾਂ ਦੇ ਵਿੱਚ ਹੀ ਮੈਂ ਤੁਹਾਡੇ ਸਾਹਮਣੇ ਰਖ ਰਿਆ ਹੈ ਹਾਂਜੀ ਰਾਜਕਪੂਰ ਦੇ ਗੁਰੂ ਹੁੰਦੇ ਸੀਗੇ ਕੇਦਾਰ ਸ਼ਰਮਾ ਜੀ ਵੈਸੇ ਤੇ ਰਾਜਕਪੂਰ ਸਾਹਿਬ ਵੀ ਇਸ ਦੁਨੀਆ ਚ ਨਹੀਂ ਰਹੇ ਹਾਂਜੀ ਕੇਦਾਰ ਸ਼ਰਮਾ ਜੀ ਦਿੱਲੀ ਆਏ ਉਦੋਂ ਉਹਨਾਂ ਨੇ ਦੋ ਰਿਸ਼ਤੇ ਨਾਂ ਦੀ ਇੱਕ ਫਿਲਮ ਸ਼ੁਰੂ ਕੀਤੀ ਜੀ ਕੇਦਾਰ ਸ਼ਰਮਾ ਜੀ ਉਹਦੇ ਡਾਇਰੈਕਟਰ ਸਨ ਹਾਂਜੀ ਤੇ ਦਿੱਲੀ ਦੇ ਕੋਈ ਪ੍ਰੋਡਿਊਸਰ ਸੀਗੇ ਸਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਆਡੀਸ਼ਨ ਲਿਆ ਉਹਦੇ ਵਿੱਚ ਮੈਂ ਇੱਕ ਨੈਗੇਟਿਵ ਕਿਰਦਾਰ ਕਾਲਜ ਦੇ ਇੱਕ ਸਟੂਡੈਂਟ ਦੇ ਕਿਰਦਾਰ ਦੇ ਵਿੱਚ ਉਹਨਾਂ ਨੇ ਮੈਨੂੰ ਸਿਲੇਕਟ ਕੀਤਾ ਜੀ ਉਸ ਵਿੱਚ ਉਸ ਵਕਤ ਹਾਂਜੀ ਪ੍ਰੀਖਸ਼ਾਨੀ ਨਵੀਨ ਨਿਸ਼ਚਲ ਸਨੇਹ ਲਤਾ ਰੀਟਾ ਅਚਨ ਰਣਜੀਤ ਹਾਂਜੀ ਇਹ ਆਰਟਿਸਟ ਸਨ ਸੋ ਉਹ ਕਿਸੇ وجہ ਤੋਂ ਫਿਲਮ ਰੁਕ ਗਈ ਚਾਰ ਪੰਜ ਰੀਲਾਂ ਬਣਨ ਤੋਂ ਬਾਅਦ ਮੈਂ ਉਸ ਤੋਂ ਪਹਿਲਾਂ ਬੰਬੇ ਨਹੀਂ ਸੀ ਗਿਆ ਨਾ ਮੈਂ ਬੰਬੇ ਦਾ ਬਸ ਨਾਂ ਸੁਣਿਆ ਸੀ ਕਦੇ ਦਰਸ਼ਨ ਨਹੀਂ ਸੀ ਹੋਏ ਬਸ ਦਿੱਲੀ ਤੋਂ ਅਸੀਂ ਵਾਪਸ ਮੁੜ ਗਏ ਬਸ ਉਸ ਦੌਰ ਦੇ ਵਿੱਚ ਜਦੋਂ ਵਾਪਸ ਪਿੰਡ ਆਉਣਾ ਬਹੁਤ ਮੁਸ਼ਕਿਲ ਜਾ ਲੱਗ ਰਿਹਾ ਸੀਗਾ ਵੀ ਕਿਉਂਕਿ ਰੌਲਾ ਪੈ ਚੁੱਕਿਆ ਸੀ ਚਾਰੇ ਪਾਸੇ ਕਿ ਜੋਵਿੰਦਰ ਮਾਲ ਐਕਟਰ ਬਣ ਗਿਆ ਹੈ ਹਾਂਜੀ ਫਿਲਮਾਂ 'ਚ ਚਲਾ ਗਿਆ ਤੇ ਉਹ ਫਿਲਮ ਬੰਦ ਹੋਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਅਸੀਂ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਆ ਕੇ ਖੜੇ ਹਾਂ ਹਾਂਜੀ ਤੇ ਹੁਣ ਕਰੀਏ ਕੀ ਬਸ ਉਹਨਾਂ ਹੀ ਪੈਰਾਂ ਦੇ ਉਸੇ ਤਰ੍ਹਾਂ ਉਹੀ ਕੱਪੜਿਆਂ ਦੇ ਵਿੱਚ ਚਾਰ ਕੱਪੜੇ ਅਟੈਚੀ ਚ ਪਾ ਕੇ ਬੰਬੇ ਨੂੰ ਰਵਾਨਾ ਹੋ ਗਏ ਜੀ ਉਦੋਂ ਸਿਰਫ 40 ਰੁਪਏ ਟਿਕਟ ਸੀਗਾ ਦਿੱਲੀ ਤੋਂ ਬੰਬੇ ਦਾ ਹਾਂਜੀ ਬਾ ਉੱਥੇ ਜਾ ਕੇ ਫਿਰ ਆਫਿਸ ਟੂ ਆਫਿਸ ਆਫਿਸ ਟੂ ਆਫਿਸ ਫਿਰ ਸਮਝ ਨਾ ਆਵੇ ਵੀ ਹੁਣ ਕਰੀਏ ਕੀ ਕਿਉਂਕਿ ਸਮੁੰਦਰ ਹੈ ਇੱਕ ਫਿਲਮ ਲਾਈਨ ਖਾਸ ਕਰਕੇ ਬੰਬੇ ਹਾਂਜੀ ਬਸ ਫਿਰ ਸਟਰਗਲ ਦਾ ਟਾਈਮ ਸ਼ੁਰੂ ਹੋ ਗਿਆ ਉਸੀ ਦੌਰ ਦੇ ਵਿੱਚ ਉਸੇ ਵਕਤ ਸਾਡੇ ਹਾਂ ਸਾਡੇ ਹੀ ਰਿਸ਼ਤੇਦਾਰਾਂ ਨੇ ਰੌਲਾ ਪਾ ਕੇ ਵੀ ਇਹ ਇਸ ਤਰ੍ਹਾਂ ਨਹੀਂ ਕਾਬੂ ਆਊਗਾ ਇਹਦਾ ਵਿਆਹ ਕਰ ਦੋ ਚਲੋ ਖੈਰ ਵਿਆਹ ਹੋ ਗਿਆ ਇਤਫਾਕ ਨਾਲ ਜਿਹਦੇ ਨਾਲ ਮੇਰਾ ਵਿਆਹ ਹੋਇਆ ਹਾਂਜੀ ਉਹ ਦਿੱਲੀ ਦੇ ਵਿੱਚ ਸਰਵਿਸ ਕਰਦੀ ਸੀ ਜੀ ਤੇ ਮੇਰੇ ਕਰਕੇ ਫਿਰ ਉਹਨੇ ਬੰਬੇ ਆਪਣੀ ਟਰਾਂਸਫਰ ਕਰਾ ਲਈ ਉਸ ਕਰਕੇ ਮੈਨੂੰ ਇੱਕ سپورਟ ਮਿਲੀ ਜੀ ਔਰ ਕਹਾਵਤ ਹੈ ਕਿ ਉਸ ਵਕਤ ਮੇਰੀ ਸਟਰਗਲ ਘੱਟ ਸੀ ਮੇਰੀ ਵਾਈਫ ਦੀ ਵਧ ਸੀ ਜੀ ਫਿਰ ਟਾਈਮ ਲੰਘਿਆ ਇੱਕ ਲੜਕੀ ਲੜਕੀ ਹੋਈ ਉਹ ਤੋਂ ਬਾਅਦ ਸਕੂਲ ਗੋਇੰਗ ਏ ਉਹ ਵਟ ਏਵਰ ਜ਼ਿੰਦਗੀ ਦੇ ਪਾਰਟ ਚੱਲਦੇ ਰਹੇ ਮੈਂ ਇਹ ਦੇਖ ਲਓ ਵੀ 6-7 ਸਾਲ ਸਟਰਗਲ ਦਾ ਉਹ ਪਾਰਟ ਸੀਗਾ ਕਿ ਸਾਨੂੰ ਸਮਝ ਨਹੀਂ ਸੀ ਆ ਰਿਹਾ ਵੀ ਕੀ ਕਰੀਏ ਹਾਂਜੀ ਬਸ ਉਸੇ ਦੌਰਾਨ ਅਰਪਨਾ ਚੌਧਰੀ ਇੱਕ ਫਿਲਮ ਦੇ ਦੌਰਾਨ ਜਿਹਦਾ ਨਾਮ ਸੀ ਫਿਲਮ ਫਿਲਮ ਦਾ ਨਾਮ ਸੀ ਦੋ ਵਕਤ ਕੀ ਰੋਟੀ ਹਾਂਜੀ ਇਹ ਚ ਸੰਜੀਵ ਕੁਮਾਰ ਦੇ ਬ੍ਰਦਰ ਬਣਾ ਰਹੇ ਸੀਗੇ ਬਹੁਤ ਵੱਡੀ ਕਾਸਟ ਸੀ ਉਹਦੇ ਚ ਮੈਨੂੰ ਦੋ ਤਿੰਨ ਸੀਨ ਦਾ ਰੋਲ ਮਿਲਿਆ ਉਹ ਅਸੀਂ ਬੰਗਲੌਰ ਗਏ ਉੱਥੇ ਅਰਪਨਾ ਚੌਧਰੀ ਨਾਲ ਮੇਰੀ ਮੁਲਾਕਾਤ ਹੋਈ ਬਸ ਉਹਨੇ ਮੈਨੂੰ ਕਿਹਾ ਕਿ ਤੁਸੀਂ ਪੰਜਾਬੀ ਫਿਲਮਾਂ ਕਿਉਂ ਨਹੀਂ ਕਰਦੇ ਮੈਂ ਕਿਹਾ ਕੋਈ ਮਿਲੇਗੀ ਤਾਂ ਕਰਾਂਗੇ ਖੈਰ ਦੋ ਤਿੰਨ ਮਹੀਨੇ ਬਾਅਦ ਉਹਨਾਂ ਦੀ ਤਰਫੋਂ ਹੀ ਮੈਨੂੰ ਆਫਰ ਆਈ ਕਿ ਉਹ ਡਾਇਰੈਕਟਰ ਆਏ ਕਿ ਵੀ ਤੁਹਾਨੂੰ ਫਿਲਮ ਚ ਲੈਣਾ ਚਾਹੁੰਦਾ ਹੈ ਤੇ ਉਹ ਮੈਨੂੰ ਡਾਇਰੈਕਟਰ ਫਿਲਮ ਦੀ ਕਹਾਣੀ ਸੁਣਾ ਰਿਹਾ ਹੈ ਤੇ ਮੈਂ ਲਾਸਟ ਚ ਕਹਿ ਰਿਹਾ ਵੀ ਕਹਾਣੀ ਤਾਂ ਬਹੁਤ ਵਧੀਆ ਹੈ ਤੇ ਮੈਂ ਇਹਦੇ ਚ ਕਿਹੜਾ ਰੋਲ ਕਰ ਰਿਹਾ ਹਾਂ ਹਾਂਜੀ ਉਹ ਕਹਿੰਦਾ ਕੀ ਗੱਲਾਂ ਕਰ ਰਹੇ ਹੋ ਮਿਸਟਰ ਮਹਾਲ ਤੁਸੀਂ ਇਹਦੇ ਚ ਹੀਰੋ ਤੋਂ ਮੇਰਾ ਖਿਆਲ ਹੈ ਕਿ ਜ਼ਿੰਦਗੀ ਦੀ ਪਹਿਲੀ ਫਿਲਮ ਮੈਨੂੰ ਮਿਲੀ ਐਜ਼ ਹੀਰੋ ਜਿਹਦਾ ਨਾਂ ਸੀ ਪਟਵਾਰੀ ਹਾਂਜੀ ਅਰਪਨਾ ਚੌਧਰੀ ਹੀਰੋਇਨ ਸੀ ਤੇ ਮੇਰ ਮਿੱਤਲ ਸਾਹਿਬ ਤੋਂ ਟੌਪ ਤੇ ਸਨ ਤੇ ਯੋਗੇਸ਼ ਛਾਵੜਾ ਵਾਸ ਦਾ ਵਿਲਨ ਇਸ ਤਰ੍ਹਾਂ ਕਰਕੇ ਮੇਰੀ ਜ਼ਿੰਦਗੀ ਦੇ ਕੈਰੀਅਰ ਦੀ ਪਹਿਲੀ ਫਿਲਮ ਇਸ ਰੂਪ ਚ ਸ਼ੁਰੂ ਹੋਈ ਜਿਵੇਂ ਤੁਸੀਂ ਦੱਸਿਆ ਤੇ ਤੁਸੀਂ ਫਿਲਮਾਂ ਦੇ ਵਿੱਚ ਬਤੌਰ ਹੀਰੋ ਆਏ ਫਿਰ ਕੁਝ ਫਿਲਮਾਂ 'ਚ ਵਿਲਨ ਦੇ ਰੂਪ ਵਿੱਚ ਵੀ ਆਏ ਤੇ ਹੋਰ ਵੀ ਅੱਜ ਕੱਲ ਦੀਆਂ ਫਿਲਮਾਂ ਵਿੱਚ ਵੱਖਰੇ ਕਿਰਦਾਰ ਨਿਭਾ ਰਹੇ ਹੋ ਤੇ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਿਹੜੀਆਂ ਅੱਜ ਕੱਲ ਤੁਸੀਂ ਫਿਲਮਾਂ ਬਣਾ ਰਹੇ ਹੋ ਜਾਂ ਪਹਿਲਾਂ ਜਿਹੜੀਆਂ ਫਿਲਮਾਂ ਬਣਾਈਆਂ ਉਹਨਾਂ ਦੇ ਨਾਮ ਕਿਹੜੇ ਸੀ ਤੇ ਕੀ ਕੀ ਤੁਹਾਡੇ ਖਾਸ ਰੋਲ ਸੀਗੇ ਅਸੀਂ ਬੜੇ ਅਜੀਬੋ ਗਰੀਬ ਦੌਰ ਚੋਂ ਗੁਜ਼ਰੇ ਹਾਂ ਖਾਸ ਕਰਕੇ ਸਾਡਾ ਪੰਜਾਬੀ ਫਿਲਮਾਂ ਦਾ ਜਿਹੜਾ ਸਤੋਂ ਪਹਿਲਾਂ ਸ਼ੁਰੂਆਤ ਸੀ ਜਿਹਦੇ ਵਿੱਚ ਰਵਿੰਦਰ ਕਪੂਰ ਨਿਸ਼ੀ ਸੁੰਦਰ ਖਰੇਤੀ ਪੈਂਗਾ ਇਹਨਾਂ ਦੀਆਂ ਫਿਲਮਾਂ ਦੇਖਦੇ ਹੁੰਦੇ ਸੀ ਉਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਇੱਕ ਚੇਂਜ ਲਿਆਂਦੀ ਫਿਰ ਵਰਿੰਦਰ ਜੀ ਨੇ ਹਾਂਜੀ ਵਰਿੰਦਰ ਸਾਡੇ ਬਹੁਤ ਹੀ ਪਿਆਰੇ ਚਹੇਤੇ ਹੀਰੋ ਡਾਇਰੈਕਟਰ ਪ੍ਰੋਡਿਊਸਰ ਉਹ 올 ਰਾਉਂਡਰ ਸੀਗੇ ਹਾਂਜੀ ਉਹਨਾਂ ਨੇ ਇੱਕ ਸਹੀ ਸ਼ੇਪ ਦਿੱਤੀ ਖੈਰ ਕਰਦੇ ਕਰਦੇ ਉਹ ਤੋਂ ਬਾਅਦ ਇੱਕ ਡਿਫਰੈਂਟ ਕਾਈਂਡ ਆਫ ਸਬਜੈਕਟ ਲੈ ਕੇ ਇਕਬਾਲ ਢਿੱਲੋਂ ਵੀ ਮੈਦਾਨ ਚ ਉਤਰਿਆ ਹਾਂਜੀ ਉਹਨੇ ਸ਼ੁਰੂ ਕੀਤੀ ਪਹਿਲੀ ਫਿਲਮ ਅਣਖ ਜਟਾਂ ਦੀ ਹਾਂਜੀ ਉਸ ਦੌਰ ਦੇ ਵਿੱਚ ਮੈਂ ਪਟਵਾਰੀ ਕਰਨ ਤੋਂ ਬਾਅਦ ਮੈਂ ਮਤਲਬ ਪੰਜਾਬੀ ਫਿਲਮ ਇੰਡਸਟਰੀ ਤੋਂ ਬਾਂਝਾ ਹੋ ਗਿਆ ਸੀ ਕਿਉਂਕਿ ਪੰਜਾਬੀ ਦਾ ਇਹ ਹਾਲ ਸੀ ਕਿ ਕਿਸੇ ਵੀ ਪੰਜਾਬੀ ਐਕਟਰ ਨੂੰ ਜੀ ਹਿੰਦੀ ਫਿਲਮਾਂ ਚ ਨਹੀਂ ਸੀ ਲਿਆ ਜਾਂਦਾ ਉਹਦਾ ਸਭ ਤੋਂ ਮੇਨ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਜਾਂਦਾ ਸੀ ਕਿ ਤੇ ਜੀ ਪੰਜਾਬੀ ਐਕਸੈਂਟ ਆਉਂਦਾ ਇਹਦਾ ਤਾਂ ਹਾਂਜੀ ਕਿਉਂਕਿ ਪੰਜਾਬੀ ਬੇਸਿਕਲੀ ਫਿਜ਼ਿਕ ਬਾਈਜ਼ ਹੈਲਥ ਔਰ ਸੋਹਣੇ ਸੁਨੱਖੇ ਹੋਏ ਆ ਹੋਣਗੇ ਇਸ ਵਕਤ ਵੀ ਹੈਗੇ ਨੇ ਪਰ ਉਹ ਦੌਰ ਵੀ ਦੇਖਿਆ ਫਿਰ ਮੈਂ ਪੰਜਾਬੀ ਫਿਲਮਾਂ तकरीबन ਛੱਡ ਕੇ ਹਿੰਦੀ ਵੱਲ ਧਿਆਨ ਦਿੱਤਾ ਜਿਹਦੇ ਵਿੱਚ ਮੈਂ ਕੁਝ ਇੱਕ ਹਿੰਦੀ ਫਿਲਮਾਂ ਵੀ ਕੀਤੀਆਂ ਹਾਂ ਫਿਰ सुरेंद्र ਵਾਲੀਆ ਉਦੋਂ ਪ੍ਰੋਡਕਸ਼ਨ ਕਰਦਾ ਸੀ ਅਣਖ ਜੱਟਾਂ ਦੀ ਤੇ ਮੈਨੂੰ ਮਿਲਿਆ ਕਹਿੰਦਾ ਵੀ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਦੁਬਾਰਾ ਕਿਉਂ ਨਹੀਂ ਆ ਰਹੇ ਮੈਂ ਕਿਹ ਚੰਗੀ ਫਿਲਮ ਮਿਲੇਗੀ ਤਾਂ ਕਰਾਂਗੇ ਆਦਰਵਾਇਜ਼ ਮੈਂ ਕਿਹਾ ਸਾਡੇ ਆਪਣੇ ਹੀ ਆਪਣੇਆਂ ਨੂੰ ਨਕਾਰ ਰਹੇ ਆ ਤੇ ਨਹੀਂ ਨਹੀਂ ਕਹਿੰਦਾ ਤੁਸੀਂ ਆਓ ਤੇ ਇਸ ਵਾਰ ਤੁਸੀਂ ਕਮ ਸੇ ਕਮ ਅਣਖ ਜੱਟਾਂ ਦੀ ਫਿਲਮ ਦੀ ਡਬਿੰਗ ਅਗਰ ਹੋ ਸਕੇ ਤੁਸੀਂ ਵੌਇਸ ਦੇ ਦਿਓ ਸੁਰਿੰਦਰ ਛਿੰਦੇ ਦੀ ਆਵਾਜ਼ ਫਿਰ ਮੈਂ ਦਿੱਤੀ ਸੁਰਿੰਦਰ ਛਿੰਦੇ ਦੀ ਫਿਲਮ ਸੀਗੀ ਅਣਖ ਜੱਟਾਂ ਦੀ ਉਹਦੇ ਚ ਆਵਾਜ਼ ਮੇਰੀ ਹੈ ਸੈਕੰਡ ਉਹਦੀ ਸੀ ਬਦਲਾ ਜੱਟੀ ਦਾ ਉਹਦੇ ਚ ਵੀ ਉਹਨਾਂ ਨੇ ਮੇਰੀ ਆਵਾਜ਼ ਲਈ ਫਿਰ ਮੈਂ ਮਖੌਲ ਮਖੌਲ ਚ ਕਹਿ ਦਿੰਦਾ ਮੈਂ ਕਿਹਾ ਵਾਲੀਆ ਮੈਂ ਕਿਹਾ ਤੁਸੀਂ ਰੋਲ ਰਾਲ ਨਹੀਂ ਹੈ ਤੁਸੀਂ ਤੁਹਾਡੇ ਕੋਲ ਕਹਿੰਦੇ ਜੀ ਤੁਸੀਂ ਕਰਦੇ ਹੀ ਨਹੀਂ ਹੈਗੇ ਕਰੋ ਤਾਂ ਅਗਲਾ ਤੁਹਤੋਂ ਕਰਾਉਂਦੇ ਆ ਫਿਰ ਮੈਨੂੰ ਉਹਨਾਂ ਨੇ ਲਲਕਾਰਾ ਜੱਟੀ ਦੇ ਵਿੱਚ ਮੇਨ ਵਿਲਨ ਦੇ ਵਿੱਚ ਲਿਆ ਉਹਦੇ ਨਾਲ ਹੀ ਫਿਰ ਪੁੱਤ ਸਰਦਾਰਾਂ ਦੇ ਸ਼ੁਰੂ ਹੋਈ ਜੋਰਾ ਜੱਟ ਫਿਰ ਤੇ ਲਾਈਨ ਮਤਲਬ ਲਾਈਨ ਦੇ ਨਾਲ ਪੰਜਾਬੀ ਫਿਲਮਾਂ ਕਰਨੀ ਸ਼ੁਰੂ ਕਰ ਦਿੱਤੀਆਂ ਸ਼ੁਰੂ ਸ਼ੁਰੂ ਚ ਇੱਕ ਅੱਛਾ ਚੇਂਜ ਸੀਗੀ ਇਹ ਰੀਮੇਕ ਕਰਦੇ ਹੁੰਦੇ ਸੀਗੇ ਇਕਬਾਲ ਢਿੱਲੋਂ ਪਾਕਿਸਤਾਨ ਦੀਆਂ ਫਿਲਮਾਂ ਦਾ ਔਰ ਫਿਰ ਜਗਜੀਤ ਚੂੜ ਚੱਕ ਵੀ ਇਹਨਾਂ ਦੇ ਨਾਲ ਮੈਨੂੰ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ ਸੋ ਇਸ ਤਰ੍ਹਾਂ ਕਰਕੇ ਫਿਰ ਕੁਝ ਇਹੋ ਜਿਹੇ ਬੰਦੇ ਵੀ ਵਿੱਚ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਇਸ ਫਿਲਮ ਟ੍ਰੇਡ ਦੇ ਨਾਲ ਕੋਈ ਮਤਲਬ ਨਹੀਂ ਸੀ ਜੀ ਸਿਰਫ ਸ਼ੌਕ ਸੀ ਕਿਉਂਕਿ ਇਹਦੇ ਵਿੱਚ ਕੱਲਾ ਸ਼ੌਕ ਨਹੀਂ ਇਹਦੇ ਇਹ ਬਹੁਤ ਇਹ ਇੱਕ جنونی ਲਾਈਨ ਹੈ ਜਦ ਤੱਕ ਆਦਮੀ ਜਨੂਨ ਨਾ ਹੋਵੇ ਉਦੋਂ ਤੱਕ ਇਸ ਲਾਈਨ ਦੇ ਵਿੱਚ ਮੇਰਾ ਖਿਆਲ ਨਹੀਂ ਆਉਣਾ ਚਾਹੀਦਾ ਤੁਸੀਂ ਜਿਹੜੀਆਂ ਹੁਣ ਧਰਤੀ ਫਿਲਮ ਕੀਤੀ ਹੈ ਮੇਲ ਕਰਾ ਦੇ ਰੱਬਾ ਚ ਵੀ ਤੁਹਾਡਾ ਕਾਫੀ ਦਮਦਾਰ ਰੋਲ ਹੈ ਤੇ ਹੁਣ ਤੱਕ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ ਤੁਸੀਂ ਪੰਜਾਬੀ ਦੀਆਂ ਤੇ ਹਿੰਦੀ ਦੀਆਂ ਕਿੰਨੀਆਂ ਕੀਤੀਆਂ ਪੰਜਾਬੀ ਦੀ ਮੇਰੀ ਅਖੀਰਲੀ ਫਿਲਮ ਸੀ ਐਜ਼ ਹੀਰੋ 1997 ਦੇ ਵਿੱਚ ਇੱਕ ਇਸ ਕਿ ਨਚਾ ਵੀ ਗਲੀ ਗਲੀ ਇੱਕ ਦੂਰ ਨਹੀਂ ਨਨਕਾਣਾ ਹਾਂਜੀ ਉਸ ਤੋਂ ਬਾਅਦ ਫਿਰ ਮੇਰਾ 2-3 ਸਾਲ ਦਾ ਗੈਪ ਪੈ ਗਿਆ 2000 ਦੇ ਵਿੱਚ ਸੀਰੀਅਲ ਸ਼ੁਰੂ ਹੋਏ ਲਸ਼ਕਾਰਾ ਦੇ ਉਹ ਤਕਰੀਬਨ ਮੈਂ ਸਾਰੇ ਸੀਰੀਅਲ ਵਿੱਚ ਸੀ ਉਹਦੇ ਵਿੱਚ ਮੈਂ ਕਾਫੀ ਕਿਰਦਾਰ ਕੀਤੇ ਹਾਂਜੀ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕੈਰੈਕਟਰ ਆਰਟਿਸਟ ਦੇ ਤੌਰ ਤੇ ਮੈਂ ਕਿਰਦਾਰ ਕੀਤੇ ਉਸ ਤੋਂ ਬਾਅਦ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਫਿਰ ਦੁਬਾਰਾ ਉਹਨਾਂ ਨੇ ਦੇਖਦੇ ਹੋਏ ਕਿ ਇਹ ਰੋਲ ਦੇ ਵਿੱਚ ਸ਼ਵਿੰਦਰਮਾਲ ਨੂੰ ਲਈਏ ਹੀਰੋ ਦੇ ਫਾਦਰ ਜਾਂ ਹੀਰੋਇਨ ਦੇ ਫਾਦਰ ਦੇ ਵਾਸਤੇ ਜੀ ਮੈਂ ਮੀਤ ਮਿਲਾ ਦੇ ਰੱਬਾ ਨਾਂ ਦਾ ਸੀਰੀਅਲ ਕਰ ਰਿਹਾ ਸੀ ਹਿੰਦੀ ਮੈਂ ਤੇ ਰਜ਼ਾ ਮੁਰਾਦ ਸੀ ਰਜ਼ਾ ਮੁਰਾਦ ਵਾਸ ਦਾ ਫਾਦਰ ਮਤਲਬ ਇਹ ਹੀਰੋ ਦੇ ਫਾਦਰ ਸੀ ਮੈਂ ਹੀਰੋਇਨ ਦਾ ਫਾਦਰ ਸੀਗਾ ਉਸ ਦੌਰਾਨ ਨਵਨੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਗੁਗਨੂ ਵੀ ਕਹਿੰਦੇ ਨੇ ਇਹ ਮਨਜੀ ਦੇ ਬਹੁਤ ਹੀ ਚਾਹੇਤੇ ਅਸਿਸਟੈਂਟ ਸੀਗੇ ਔਰ ਬਲਕਿ ਰਾਈਟ ਹੈਂਡ ਸੀਗੇ ਉਹਨਾਂ ਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੈਨੂੰ ਆਕੇ ਮਿਲੋ ਮੈਂ ਤੁਹਾਨੂੰ ਆਪਣੀ ਫਿਲਮ ਚ ਲੈਣਾ ਚਾਹੁੰਦਾ ਹਾਂ ਹਾਂਜੀ ਖੈਰ ਆਪ ਦਫਤਰ ਦੇ ਵਿੱਚ ਫਸਟ ਮੁਲਾਕਾਤ ਉਸ ਤੋਂ ਪਹਿਲਾਂ ਮੈਂ ਜਾਣਦਾ ਨਹੀਂ ਸੀ ਉਹਨਾਂ ਨੂੰ ਜੀ ਮਿਲਿਆ ਤੇ ਇੱਕ ਯੰਗ ਜਸਟ ਮੈਨੂੰ ਤਾਂ ਲੱਗੇ ਜਿਵੇਂ ਮੈਂ ਇੱਕ ਹੀਰੋ ਨੂੰ ਮਿਲ ਰਿਹਾ ਹਾਂ ਬਹੁਤ ਛੋਟੀ ਬਹੁਤ ਹੀ ਪਲੇਜ਼ੈਂਟ ਇੰਨੀ ਚੰਗੀ ਪਰਸਨੈਲਿਟੀ ਮਿੱਠ ਬੋਲੜਾ ਹਾਂਜੀ ਠਹਿਰਾਵ ਵਾਲਾ ਸ਼ਖਸ ਉਦੋਂ ਮੈਂ ਉਹਨੂੰ ਮਿਲਿਆ ਤੇ ਮੈਨੂੰ ਉਹਨੇ ਕਹਾਣੀ ਸੁਣਾਈ ਜਿਵੇਂ ਉਹਦੀ ਰੱਟੀ ਹੋਈ ਸੀ ਇੰਨੀ ਵਧੀਆ ਨਰੇਸ਼ਨ ਕੀਤੀ ਕਹਿੰਦੇ ਜੀ ਆਹ ਰੋਲ ਐ ਤੁਹਾਤੋਂ ਕਰਾਉਣਾ ਐ ਮੈਂ ਕਿਹਾ ਠੀਕ ਐ ਵੀ ਹੀਰੋਇਨ ਦੇ ਫਾਦਰ ਦਾ ਰੋਲ ਐ ਤੇ ਉਹਨਾਂ ਨੇ ਕੰਮ ਵੀ ਮੇਤੋਂ ਇਸ ਢੰਗ ਨਾਲ ਲਿਆ ਤੇ ਉਹ ਐਪਰੀਸ਼ੀਏਟ ਹੋਇਆ ਫਿਲਮ ਹਿੱਟ ਗਈ ਤਾਂ ਉਹ ਤੋਂ ਬਾਅਦ ਬਸ ਹੁਣ ਮੈਂ ਚੱਲ ਰਿਆਂ ਉਹਨਾਂ ਦੀ ਧਰਤੀ ਕੀਤੀ ਫਿਰ ਮਨਦੀਪ ਉਹਦੇ ਚ ਐਸੋਸੀਏਟ ਸੀਗੇ ਮਨਦੀਪ ਜੀ ਮਨਦੀਪ ਕੁਮਾਰ ਫਿਰ ਜਿਨ੍ਹਾਂ ਮੇਰਾ ਦਿਲ ਲੁੱਟਿਆ ਇਹ ਕੀਤੀ ਫਿਰ ਯਾਰ ਅਨਮੁੱਲੇ ਬਤਰਾ ਬਤਰਾ ਸਾਹਿਬ ਦੀ ਤੇ ਇਸ ਤਰ੍ਹਾਂ ਕਰਕੇ ਹੁਣ ਲਗਾਤਾਰ ਚੱਲ ਰਹੀਆਂ ਨੇ ਫਿਲਮਾਂ ਹੁਣ ਤਾਂ ਮੇਰਾ ਖਿਆਲ ਹੈ ਵੀ 8-9 ਹੋਰ ਫਿਲਮਾਂ ਆਉਣ ਵਾਲੀਆਂ ਨੇ ਤੇ ਦੇਖੋ ਹੋਪ ਫਾਰ ਦਾ ਬੈਸਟ ਸ਼ਵਿੰਦਰ ਮਾਹਲ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਸੁਣਦੇ ਪਿਓ ਆਪਣਾ ਰੇਡੀਓ ਆਪਣਾ ਰੇਡੀਓ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਰੇਡੀਓ ਯੂਐਸਏ ਸ਼ਵਿੰਦਰ ਮਹਾਲ ਜੀ ਪੰਜਾਬੀ ਸਿਨੇਮਾ ਮੋੜ ਪੈ ਰਾਂ ਸਰ ਹੋ ਰਿਹਾ ਪਰ ਅੱਜ ਕੱਲ ਜਿਹੜੇ ਐਕਟਰ ਨੇ ਉਹ ਬਹੁਤ ਘੱਟ ਨੇ ਪਰ ਗਾਇਕ ਜ਼ਿਆਦਾ ਹੋ ਗਏ ਹਾਂ ਇਹ ਤੁਸੀਂ ਬਹੁਤ ਹੀ ਅਹਿਮ ਸਵਾਲ ਪੁੱਛਿਆ ਗੋਤਮ ਜੀ ਗੱਲ ਇਹ ਹੈ ਕਿ ਸਾਡੇ ਇੱਥੇ ਕਲਾਕਾਰ ਬਹੁਤ ਨੇ ਮਗਰ ਕਿਉਂਕਿ ਪੰਜਾਬੀ ਫੀਲਡ ਦੇ ਵਿੱਚ ਜੇ ਦੇਖਿਆ ਜਾਏ ਪੈਸਾ ਬਹੁਤ ਘੱਟ ਮਿਲਦਾ ਹੈ ਬਨਿਸਪਤ ਹਿੰਦੀ ਫਿਲਮਾਂ ਦੇ ਹਾਂਜੀ ਜਿਹੜੇ ਚੰਗੇ ਕਲਾਕਾਰ ਹੈ ਜਿਸ ਜਿਨ੍ਹਾਂ ਨੂੰ ਕਹਿੰਦੇ ਆ ਵੀ ਅچھے ਥੀਏਟਰ ਤੋਂ ਨਿਕਲੇ ਉਹ ਸਿੱਧੇ ਬੰਬੇ ਵੱਲ ਭੱਜਦੇ ਨੇ ਹਾਂਜੀ ਔਰ ਬੰਬੇ ਜਾ ਕੇ ਹੋ ਅچھے ਤੇ ਅੱਛਾ ਕਿਉਂਕਿ ਉਹ ਜਿਹੜਾ ਵੀ ਕਲਾਕਾਰ ਹੈ ਉਹ ਨਾਲ ਦੀ ਨਾਲ ਪ੍ਰੋਫੈਸ਼ਨਲੀ ਇਸ ਲਾਈਨ ਨੂੰ ਐਡਾਪਟ ਕਰਦਾ ਹੈ ਔਰ ਇਹ ਗੱਲ ਚੰਗੀ ਵੀ ਹੈ ਮਗਰ ਕੀ ਇਹ ਘਾਟ ਹੋ ਜਾਂਦੀ ਪੰਜਾਬੀ ਸਿਨੇਮਾ 'ਚ ਹਾਂਜੀ ਸੋ ਇੱਥੇ ਚਾਹੀਦਾ ਹੈ ਹੁਣ ਕੁਝ ਇੱਕ ਕਲਾਕਾਰ ਕੀ ਸਾਡਾ ਕੀ ਹੈ ਕੁਝ ਇੱਕ ਪ੍ਰੋਡਿਊਸਰਜ਼ ਨੂੰ ਜੋ ਪੈਸੇ ਮਿਲਦੇ ਆਉਂਦੇ ਨੇ ਉਹ 뮤직 সাইਡ ਤੋਂ ਯਾਨੀ ਕਿ ਸੌਂਗਸ ਤੋਂ ਗਾਣਿਆਂ ਤੋਂ ਵੀ ਆਉਂਦੀ ਹੈ ਅੱਛੀ ਇੱਕ ਡਿਸਟ੍ਰਿਬਿਊਸ਼ਨ ਪੁਆਇੰਟ ਉਹ ਵੀ ਨਾਲ ਮਿਲਦੇ ਤੇ ਉਹਨਾਂ ਦਾ ਧਿਆਨ ਹੁੰਦਾ ਹੈ ਵੀ ਅਗਰ ਫਿਲਮਾਂ ਤੋਂ ਕੁਝ ਨਹੀਂ ਹੁੰਦਾ ਤਾਂ ਆਪਾਂ 뮤직 ਤੋਂ ਕੁਝ ਨਾ ਕੁਝ ਚੰਗਾ ਗੈਟ ਕਰ ਲਾਂਗੇ ਲੇਕਿਨ ਪੰਜਾਬੀ ਸਿੰਗਰਜ਼ ਦੇ ਵਿੱਚ ਅੱਛੇ ਕਲਾਕਾਰ ਹੈਗੇ ਨੇ ਆ ਰਹੇ ਨੇ ਹੋਣ ਉਸ ਤੋਂ ਪਹਿਲਾਂ ਸੀਗੇ ਲੇਕਿਨ ਬਹੁਤ ਘੱਟ ਸੀ ਪਰ ਅਜੇ ਵੀ ਬਹੁਤ ਘਾਟ ਹੈ ਇਸ ਚੀਜ਼ ਦੀ ਲੇਕਿਨ ਧਿਆਨ ਦੇਣਾ ਚਾਹੀਦਾ ਸਾਡੇ ਪੰਜਾਬੀ ਕਲਾਕਾਰਾਂ ਨੂੰ ਕਿ ਜੇ ਉਹਨਾਂ ਨੂੰ ਇਹਦੇ ਚ ਪੰਜਾਬੀ ਫਿਲਮਾਂ ਦੇ ਵਿੱਚ ਇੱਥੇ ਦੇ ਡਾਇਰੈਕਟਰਸ ਪ੍ਰੋਡਿਊਸਰ ਬੁਲਾਉਂਦੇ ਆ ਤਾਂ ਉਹਨਾਂ ਨੂੰ ਟਾਈਮ ਕੱਢਣਾ ਚਾਹੀਦਾ ਹੈ ਪੰਜਾਬੀ ਫਿਲਮਾਂ ਚ ਕਾਫੀ ਮੁਕਾਬਲੇ ਬਾਜੀ ਅੱਜ ਕੱਲ ਧੜਾ ਧੜ ਫਿਲਮਾਂ ਆ ਰਹੀਆਂ ਨੇ ਹਰੇਕ ਮਤਲਬ ਫਿਲਮਾਂ ਵਾਲੀ ਕੂਚ ਕਰ ਰਿਹਾ ਹੈ ਗਾਇਕੀ ਤੋਂ ਜਿਹੜੇ ਅਦਾਕਾਰੀ ਚ ਕਲਾਕਾਰ ਆਏ ਨੇ ਇਹਨਾਂ ਦਾ ਤੁਸੀਂ ਪੁਵਿੱਖ ਕੀ ਦੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਸੀ ਗੁਰਦਾਸ ਮਾਨ ਜੀ ਆਏ ਸੀਗੇ ਹਾਂਜੀ ਸਿੰਗਰ ਦੇ ਨਾਲ-ਨਾਲ ਐਜ਼ ਹੀਰੋ ਹਾਂਜੀ ਅਰੋਹਕ ਕਾਮਯਾਬ ਸਾਬਤ ਹੋ ਸਾਬਤ ਹੋਏ ਉਸ ਤੋਂ ਬਾਅਦ ਵੀ ਆਏ ਮਹਿਨਾਨੀ ਲਾਂਗਾ ਲੇਕਿਨ ਉਹੀ ਆਇਆ ਆਰਾਮ ਗਿਆ ਆਰਾਮ ਹੋ ਗਿਆ ਲੇਕਿਨ ਹੁਣ ਹਾਲੀ ਦੇ ਵਿੱਚ ਜਿਵੇਂ ਦਲਜੀਤ ਹੈ ਗਿੱਪੀ ਗਰੇਵਾਲ ਹੈ ਹਾਂਜੀ ਕੁਝ ਹੋਰ ਸਿੰਗਰਜ਼ ਵੀ ਆ ਰਹੇ ਨੇ ਹੰਸ ਰਾਜ ਜੀ ਦੇ ਲੜਕੇ ਯੋਵਰਾਜ ਹੰਸ ਵੀ ਆ ਰਹੇ ਨੇ ਤੇ ਰੋਸ਼ਨ ਪ੍ਰਿੰਸ ਆ ਰਿਹਾ ਹੈ ਤੇ ਹੁਣ ਲੇਕਿਨ ਇਹ ਵੀ ਲਿਮਿਟੇਸ਼ਨਸ ਹੈ ਕਿਉਂਕਿ ਕੁਝ ਹੱਦ ਤੱਕ ਕਿਸ ਤਰ੍ਹਾਂ ਦੇ ਉਹ ਰੋਲ ਕਰ ਸਕਦੇ ਨੇ ਕਰ ਰਹੇ ਨੇ ਪਰ ਹੁਣ ਅਮਰਿੰਦਰ ਹੈ ਹਾਂ ਜੀ ਹੈ ਜੀ ਇਹ ਆਪਣਾ ਇਹ ਜਿਹੜਾ ਬੀੜਾ ਹੈਗਾ ਚੁੱਕਿਆ ਹੈ ਜਿਹੜੀਆਂ ਫਿਲਮਾਂ ਨੂੰ ਦੁਬਾਰਾ ਰੁਖ ਦੇਣ ਵਾਸਤੇ ਮਨ ਜੀ ਨੇ ਜਿਹੜੇ ਆਪਣਾ ਅਸੀਂ ਪਿਆਰ ਨਾਲ ਮਨਜੀ ਕਹਿੰਦੇ ਮਨਮੋਹਨ ਸਿੰਘ ਜੀ ਜਿਹੜੇ ਜੀਆਂ ਇਹਨੂੰ ਤੇ ਲੈ ਕੇ ਹੁਣ ਤੱਕ ਰੁਖ ਦਿੱਤਾ ਇੱਕ ਪੰਜਾਬੀ ਫਿਲਮ ਇੰਡਸਟਰੀ ਨੂੰ ਬਜਟ ਵਾਈਜ਼ ਹਰ ਤਰ੍ਹਾਂ ਨਾਲ ਉੱਪਰ ਉਸ ਤੋਂ ਪਹਿਲਾਂ ਸਿਰਫ ਵਿਰੇਂਦਰ ਜੀ ਸੀਗੇ ਉਸ ਤੋਂ ਬਾਅਦ ਆਏ ਗੁਰਦਾਸ ਮਾਨ ਜੀ ਉਹਨਾਂ ਨੇ ਸੰਭਾਲਿਆ ਸੀਗਾ ਚੰਗੀਆਂ ਫਿਲਮਾਂ ਫਿਲਮਾਂ ਵੀ ਦਿੱਤੀਆਂ ਨੈਸ਼ਨਲ ਅਵਾਰਡ ਦੇ ਬੇਸ ਦੀਆਂ ਫਿਲਮਾਂ ਦਿੱਤੀਆਂ ਤੇ ਹੁਣ ਮਨਜੀ ਹੈ ਉਸ ਤੋਂ ਬਾਅਦ ਰਵਿੰਦਰ ਪੀਪੜ ਸਾਹਿਬ ਹੈਗੇ ਆ ਗੁਗਨੂ ਹੈ ਤੇ ਮਨਦੀਪ ਜੀ ਹੈਗੇ ਤੇ ਨਾਲ ਨਾਲ ਅਨੁਰਾਗ ਹੈ ਜਿਹੜੇ ਚੰਗੀਆਂ ਫਿਲਮਾਂ ਹੁਣ ਇਸ ਤਰ੍ਹਾਂ ਦੇ ਰਹੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੂਰਜ ਹੈ ਧੀਰਜ ਰਤਨ ਹੈ ਜੇ ਫਿਲਮਾਂ ਕਰ ਰਹੇ ਨੇ ਮੇਰਾ ਖਿਆਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਰਿਚ ਕੰਪੀਟੀਸ਼ਨ ਹੋਣ ਦੀ ਆ ਸੰਭਾਵਨਾ ਹੈਗੀ ਹੈ ਔਰ ਪਰਮਾਤਮਾ ਤੋਂ ਮੇਰੀ ਇਹੀ ਬੇਨਤੀ ਹੈ ਕਿ ਬਸ ਇਸੇ ਤਰ੍ਹਾਂ ਸਾਥ ਦੇਵੇ ਪ੍ਰੋਡਿਊਸਰ ਦਾ ਕਿਉਂਕਿ ਉਹਨਾਂ ਨੇ ਪੈਸਾ ਲਾਉਣਾ ਹੈ ਜੇ ਉਹਨਾਂ ਦਾ ਪੈਸਾ ਰਿਕਵਰ ਹੋਏਗਾ ਤਾਂ ਹੀ ਉਹ ਅੱਗੇ ਬਣਾ ਸਕਣਗੇ ਫਿਲਮਾਂ ਪੁਰਾਣੇ ਤੇ ਅੱਜ ਦੇ ਜਿਹੜੇ ਸਿਨੇਮੇ ਦੇ ਵਿੱਚ ਕਾਫੀ ਫਰਕ ਹੈ ਤੁਹਾਡਾ ਦੋਵਾਂ ਦੌਰ ਦੀਆਂ ਜਿਹੜੀਆਂ ਫਿਲਮਾਂ ਲਗੀਆਂ ਉਹਨਾਂ ਦਾ ਤਜਰਬਾ ਰਿਹਾ ਹੈ ਜੇ ਸੰਖੇਪ ਜੇ ਸ਼ਬਦਾਂ ਚ ਆਪਾਂ ਗੱਲ ਕਰੀਏ ਤਾਂ ਤੁਹਾਡਾ ਤੁਸੀਂ ਇਹਦੇ ਵਿੱਚ ਕੀ ਫਰਕ ਵੇਖਦੇ ਹੋ ਐਸੀ ਕਿ ਸ਼ੁਰੂਆਤ ਦਾ ਸਿਨੇਮਾ ਸੀ ਪਹਿਲਾਂ ਤਾਂ ਬਲੈਕ ਐਂਡ ਵਾਈਟ ਦਾ ਟਾਈਮ ਸੀ ਫਿਰ ਕਲਰਸ ਸ਼ੁਰੂ ਹੋਇਆ ਉਸ ਤੋਂ ਬਾਅਦ 35 ਤੋਂ ਲੈ ਕੇ 16 ਇੰਚ ਆ ਗਏ ਉਦੋਂ ਕੀ ਸੀ 뮤ਜ਼ਿਕ ਦਾ ਜਿਆਦਾ ਪ੍ਰਭਾਵ ਸੀਗਾ ਰਫੀ ਸਾਹਿਬ ਦੇ ਗਾਣੇ ਹੁੰਦੇ ਹੁੰਦੇ ਸੀ ਲਤਾ ਆਸ਼ਾ ਜੀ ਦੇ ਗਾਣੇ ਹੁੰਦੇ ਹੁੰਦੇ ਸੀ ਉਦੋਂ 뮤ਜ਼ਿਕ ਸਭ ਤੋਂ ਪ੍ਰੋਮੀਨੈਂਟ ਹੁੰਦਾ ਸੀ ਮੋਰ ਦੈਨ 50% 뮤ਜ਼ਿਕ ਦਾ ਕੰਟ੍ਰਿਬਿਊਸ਼ਨ ਹੁੰਦਾ ਸੀਗਾ ਕਹਾਣੀਆਂ ਸੀਮਤ ਦਾਇਰੇ ਚ ਰਖ ਹੁੰਦੀਆਂ ਹੁੰਦੀਆਂ ਸੀਗੀਆਂ ਔਰ ਟੈਕਨੀਕਲ ਐਨਰਿਚਨ ਸੀ ਹੁੰਦਾ ਲੇਕਿਨ ਅੱਜ ਦਾ ਦੌਰ ਹੈ ਹਰ ਪੱਖੋਂ ਕੈਮਰਾ ਪੱਖੋਂ ਔਰ ਟੈਕਨੀਕ ਪੱਖੋਂ ਤੇ ਇਹ ਬਹੁਤ ਰਿਚਨੈਸ ਆ ਗਈ ਹੈ ਪ੍ਰੋਡਕਸ਼ਨ ਵੈਲਿਊ ਵੱਧ ਗਈ ਹੈ ਹਰ ਚੀਜ਼ ਔਰ ਅੱਜ ਦੀ ਜਨਰੇਸ਼ਨ ਹੈ ਜਿਹੜੀ ਉਹ ਹਿੰਦੀ ਫਿਲਮਾਂ ਦੀ ਹਾਲੀਵੁੱਡ ਦੀ ਬਾਲੀਵੁੱਡ ਦੀਆਂ ਫਿਲਮਾਂ ਦੇਖ ਦੇਖ ਕੇ ਉਹ ਐਕਸੈਪਟ ਨਹੀਂ ਕਰਦੀ ਕਿ ਅਸੀਂ ਘਟੀਆ ਟਾਈਪ ਦੀਆਂ ਫਿਲਮਾਂ ਬਣਾਈਏ ਤੇ ਉਹ ਮਤਲਬ ਉਹ ਮਿਆਰ ਸਾਨੂੰ ਉੱਚਾ ਹੀ ਰੱਖਣਾ ਪੈਣਾ ਹੈ ਜੀ ਤਾਂ ਇਸ ਕਰਕੇ ਉਹ ਦੌਰ ਸੀ ਛੋਟ ਮਤਲਬ ਉਸ ਤਰ੍ਹਾਂ ਦਾ ਪ੍ਰੋਡਕਸ਼ਨ ਵੈਲਿਊ ਕਰਕੇ ਅੱਜ ਦਾ ਹੈ ਜਿਹੜਾ ਹੈ ਟੈਕਨੀਕਲੀ ਸਾਨੂੰ ਰਿਚ ਕਰਨੀਆਂ ਪੈਣਗੀਆਂ ਫਿਲਮਾਂ ਕਹਾਣੀ ਵਾਈਜ਼ ਡਾਇਰੈਕਟਰ ਪੁਆਇੰਟ ਆਫ ਊ ਵਾਈਜ਼ ਔਰ ਜਿਹੜੇ ਆਰਟਿਸਟ ਹੈ ਅਕੋਰਡਿੰਗ ਟੂ ਦੀ ਕਹਾਣੀ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੇ ਕਲਾਕਾਰ ਚਾਹੀਦੇ ਨੇ ਜਿਹੜੇ ਫਿੱਟ ਬੈਠਣ ਅੱਜ ਕੱਲ ਪੰਜਾਬੀ ਫਿਲਮਾਂ ਤਾਂ ਬਹੁਤ ਜ਼ਿਆਦਾ ਬਣ ਰਹੀਆਂ ਆ ਇੰਟਰਨੈਸ਼ਨਲ ਤਾਂ ਕੀ ਨੈਸ਼ਨਲ ਵਾਰਡ ਪਿੱਛੇ ਵੀ ਬਹੁਤ ਕਾਫੀ ਪਿੱਛੇ ਨੇ ਨੈਸ਼ਨਲ ਵਾਰਡ ਦੇ ਮਾਮਲੇ 'ਚ ਤੁਹਾਡਾ ਹੀ ਕਹਿਣਾ ਬਿਲਕੁਲ ਸਹੀ ਕਿਹਾ ਤੁਸੀਂ ਮੇਰਾ ਖਿਆਲ ਹੈ ਕਿੰਨੇ ਹਜ਼ਾਰ ਫਿਲਮਾਂ ਮੈਂ ਗਿਣਤੀ ਨਹੀਂ ਮੈਂ ਕਰ ਸਕਾਂਗਾ ਕਿੰਨੇ ਹਜ਼ਾਰਾਂ ਗਿਣਤੀ ਦੇ ਵਿੱਚ ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਬਣ ਚੁੱਕੀਆਂ ਨੇ ਦਰਸ਼ਕਾਂ ਦੇ ਸਾਹਮਣੇ ਆ ਚੁੱਕੀਆਂ ਨੇ ਮਗਰ ਉਹਨਾਂ ਦੇ ਨਾਲ ਉਹਨਾਂ ਵਿੱਚੋਂ ਸਿਰਫ 13 ਜਾਂ 14 ਫਿਲਮਾਂ ਨੇ ਨੈਸ਼ਨਲ ਅਵਾਰਡ ਲਿਆ ਹੈ ਅਗਰ ਕਹੋ ਤੇ ਮੈਂ ਉਹਨਾਂ ਵਿੱਚੋਂ ਕੁਝ ਇੱਕ ਨੈਸ਼ਨਲ ਅਵਾਰਡ ਦਾ ਫਿਲਮਾਂ ਦਾ ਨਾਮ ਲਾਂ ਕਿ ਪਹਿਲੀ ਫਿਲਮ ਸੀ ਚੰਨ ਪਰਦੇਸੀ ਮੜੀ ਦਾ ਦੀਵਾ ਕਚੇਰੀ ਤੇ ਆਪਣਾ ਗੁਰਦਾਸ ਗੁਰਦਾਸ ਮਾਨ ਦੀਆਂ ਤਿੰਨ ਫਿਲਮਾਂ ਦੇ ਦੇ ਸੋਇਆ ਪਰਦੇਸ ਸ਼ਹੀਦ ਮੁਹੱਬਤ ਔਰ ਇੱਕ ਮੇਰੀ ਫਿਲਮ ਸੀ ਗਲਤੀ ਨਾਲ ਮੈਂ ਮਾਂ ਪੰਜਾਬ ਦੀ ਹਾਂਜੀ ਬਾਗੀ ਲਾਸਟ ਫਿਲਮ ਸੀ ਤੇ ਸ਼ਹੀਦ ਉਦਮ ਸਿੰਘ ਤੇ ਇਸ ਤਰ੍ਹਾਂ ਕਾ ਵਾਰਿਸ ਵਾਰਿਸ ਆ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਨੈਸ਼ਨਲ ਅਵਾਰਡ ਲਿਆ ਇਹ ਸਾਾਨੂੰ ਥੋੜਾ ਜਿਆ ਦੁਖਾਂਤੀ ਹੈ ਕਿ ਕਮ ਸੇ ਕਮ ਸੌਕ ਤਾਂ ਹੋ ਜਾਂਦੀਆਂ ਜੇ ਹਜ਼ਾਰਾਂ ਫਿਲਮਾਂ ਬਣੀਆਂ ਉਹ ਅਸੀਂ ਜੇ ਦੇ ਨਹੀਂ ਸਕੇ ਕੋਸ਼ਿਸ਼ ਹੈਗੀ ਹੈ ਫਿਊਚਰ ਚ ਲੱਗੇ ਹੋਏ ਸਾਰੇ ਤੇ ਰਿਚ ਕੰਪੀਟੀਸ਼ਨ ਮਤਲਬ ਹੋ ਰਿਹਾ ਹੁਣ ਔਰ ਜਦੋਂ ਕਹਿੰਦੇ ਹੁਣੇ ਕੰਪੀਟੀਸ਼ਨ ਚੰਗਾ ਹੋਵੇ ਸਟੈਂਡਰਡ ਦਾ ਹੋਵੇ ਤੇ ਜ਼ਰੂਰ ਅੱਛੀ ਚੀਜ਼ ਨਿਕਲ ਕੇ ਆਏਗੀ ਸ਼ਵਿੰਦਰ ਮਹਾਲ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਰਹੇਗੀ ਜਾਰੀ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਆਪਰਮ ਹਰ ਚੜਦੀ ਸਵੇਰ ਤੋਂ ਦਲ ਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਨ ਜੋ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ ਯੂ ਐਸ ਏ ਸ਼ਵਿੰਦਰ ਮਹਾਲ ਜੀ ਤੁਸੀਂ ਪੰਜਾਬੀ ਤੋਂ ਇਲਾਵਾ ਹਿੰਦੀ ਫਿਲਮਾਂ ਵੀ ਕਾਫੀ ਕੀਤੀਆਂ ਨੇ ਉਹਨਾਂ ਬਾਰੇ ਦੱਸੋ ਹਿੰਦੀ ਫਿਲਮਾਂ ਮੈਂ ਪਹਿਲੀ ਫਿਲਮ ਸੀ ਮੇਰੀ ਹਿੰਦੀ ਫਿਲਮ ਆਦਰਸ਼ ਜੀ ਇਹਨੂੰ ਬੰਬਈ ਲੈਂਗੁਏਜ ਦੇ ਵਿੱਚ ਆਰਟ ਫਿਲਮ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਰਕੇ ਮੈਂ ਕੋਈ 13 ਜਾਂ 14 ਫਿਲਮਾਂ ਹਿੰਦੀ ਕੀਤੀਆਂ ਸੀ ਉਸ ਤੋਂ ਬਾਅਦ ਕੀਤੀ ਸੀ ਪ੍ਰੇਮ ਪੈਗਾਮ ਜੀ ਪ੍ਰੇਮ ਪੈਗਾਮ ਚ ਹੀਰੋਇਨ ਸੀਗੀ ਜਿਹੜੀ ਰਾਮਾਇਣ ਦੇ ਵਿੱਚ ਸੀਤਾ ਬਣੀ ਸੀ ਦੀਪਿਕਾ ਦੀਪਿਕਾ ਤੇ ਰਾਜਕਿਰਨ ਔਰ ਮੇਰੇ ਮਤਲਬ ट्रायंगल सब्जेक्ट ਸੀਗਾ 파르ਤ ਕਪੂਰ ਵਿਲਨ ਸੀਗੇ ਔਰ ਇਹ ਫਿਲਮ ਰਸ਼ੀਆ ਦੀ ਇੱਕ ਫੈਸਟੀਵਲ ਦੇ ਵਿੱਚ ਸਿਲੈਕਟ ਹੋਈ ਸੀ ਉਹ ਗੱਲ ਅਲੱਗ ਹੈ ਕਿ ਉਸ ਵਕਤ ਉਹਨੂੰ ਅਵਾਰਡ ਨਹੀਂ ਮਿਲਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਕੁਝ ਰੇਅਰ ਫਿਲਮਾਂ ਹੀ ਫੈਸਟੀਵਲ ਦੇ ਵਿੱਚ ਜਾਂਦੀਆਂ ਸਨ ਫਿਰ ਬਨੋ ਕੀਤੀ ਤਵਾਇਫ ਕੀ ਬੇਟੀ ਸੋ ਇਸ ਤਰ੍ਹਾਂ ਦੀਆਂ ਫਿਲਮਾਂ ਮੈਂ ਕੋ 13 14 ਕੀਤੀਆਂ ਸੀਗੀਆਂ ਹਿੰਦੀ ਫਿਲਮਾਂ ਦਾ ਇਸ ਤਰ੍ਹਾਂ ਕੁਝ ਮੇਰਾ ਦੌਰ ਰਿਹਾ ਸ਼ਿਵਿੰਦਰ ਜੀ ਤੁਹਾਡੇ ਕਈ ਟੀਵੀ ਸੀਰੀਅਲ ਮੈਂ ਵੇਖੇ ਨੇ ਮਹਾ ਭਾਰਤ ਕ੍ਰਿਸ਼ਨਾ ਟੀਪੂ ਸੁਲਤਾਨ ਪਰਮਵੀਰ ਚੱਕਰ ਵਗੈਰਾ ਉਹਨਾਂ ਚ ਤੁਸੀਂ ਅਦਾਕਾਰੀ ਕੀਤੀ ਹੈ ਤੁਹਾਨੂੰ ਕਈ ਵਾਰ ਟੀਵੀ ਸੀਰੀਅਲਾਂ ਵਿੱਚ ਰਾਜਾ ਬਾਨ ਦਾ ਵੀ ਮੌਕਾ ਮਿਲਿਆ ਸੰਸਕ੍ਰਿਤ ਹੋਰ ਹਿੰਦੀ ਉਰਦੂ ਭਾਸ਼ਾ ਤੁਸੀਂ ਵਰਤੀ ਹੈ ਇਹਦੇ ਬਾਰੇ ਦੱਸੋ ਮੈਂ ਮਹਾ ਭਾਰਤ ਦੇ ਵਿੱਚ ਦੋ ਰੋਲ ਕੀਤੇ ਸੀ ਇੱਕ ਗੁਰੂ ਪਰਸ਼ੂਰਾਮ ਦੂਸਰਾ ਲਾਰਡ ਸ਼ਿਵਾ ਸ਼ਿਵ ਜੀ ਦਾ ਰੋਲ ਕੀਤਾ ਸੀ ਤੇ ਇਹਦੇ ਵਿੱਚ ਮੈਨੂੰ ਸੰਸਕ੍ਰਿਤ ਬੋਲਣ ਦਾ ਵੀ ਮੌਕਾ ਮਿਲਿਆ ਫਿਰ ਰਾਮਾਨੰਦ ਸਾਗਰ ਜੀ ਦੀ ਕ੍ਰਿਸ਼ਨਾ ਆਈ ਸੀ ਕ੍ਰਿਸ਼ਨਾ ਦੇ ਵਿੱਚ ਮੈਂ ਵਨ ਆਫ ਦਾ ਮੇਨ ਵਿਲਨ ਸੀਗਾ ਜਰਾਸੰਦਰ ਦਾ ਰੋਲ ਕੀਤਾ ਫਿਰ ਟਿੱਪੂ ਸੁਲਤਾਨ ਸੰਜੀ ਖਾਨ ਸਾਹਿਬ ਦੀ ਉਹਦੇ ਵਿੱਚ ਮੈਨੂੰ ਉਰਦੂ ਬੋਲਣ ਦਾ ਮੌਕਾ ਮਿਲਿਆ ਫਿਰ ਚੇਤਨ ਸਾਹਿਬ ਦੀ ਸੀਰੀਅਲ ਕੀਤੀ ਪਰਮਵੀਰ ਚੱਕਰ ਉਹਦੇ ਵਿੱਚ ਮੈਂ ਕੈਪਟਨ ਵਿਨੋਦ ਦਾ ਰੋਲ ਕੀਤਾ ਫਿਰ ਕਿੰਗ ਆਫ ਕੈਨਨੂਰ ਦਾ ਰੋਲ ਸੀ ਮੇਰਾ ਉਹਦੇ ਵਿੱਚ ਫਿਰ ਫੋਰਟਸ ਆਫ ਇੰਡੀਆ ਦੀਆਂ ਮੋਸਟਲੀ ਮੈਂ ਮੈਕਸਿਮਮ ਰਾਜਿਆਂ ਦੇ ਰੋਲ ਕੀਤੇ ਇਹ ਬਾਹਰ ਦਾ ਪ੍ਰੋਡਕਟ ਸੀਗਾ ਯੂਕੇ ਦਾ ਉੱਥੋਂ ਦੇ ਪ੍ਰੋਡਿਊਸਰ ਡਾਇਰੈਕਟਰ ਸੀਗੇ ਤੇ ਲੇਕਿਨ ਸ਼ੂਟ ਉਹਨਾਂ ਨੇ ਇੱਥੇ ਕੀਤਾ ਸੀ ਜਿੰਨੇ ਵੀ ਫੋਰਟਸ ਨੇ ਇੰਡੀਆ ਦੇ ਖਾਸ ਕਰਕੇ ਰਾਜਸਥਾਨ ਦੇ ਉਹਨਾਂ ਦੇ ਜਿਹੜੇ ਮੇਨ ਰਾਜੇ ਸੀ ਰਾਣਾ ਕੁੰਭਾ ਤੇ ਰਾਜਾ ਜਿੰਨੇ ਵੀ ਨਰੇਸ਼ ਸੀਗੇ ਉਹ ਉਹਨਾਂ ਦੇ ਰੋਲ ਕਰਨ ਦਾ ਮੈਨੂੰ ਮੌਕਾ ਮਿਲਿਆ ਇਹ ਮੋਸਟਲੀ ਸਾਰੇ ਹਿੰਦੀ ਸੀਰੀਅਲ ਸੀਗੇ ਸੋ ਇਸ ਤਰ੍ਹਾਂ ਕਰਕੇ ਹਿੰਦੀ ਸੀਰੀਅਲ ਦਾ ਮੇਰਾ ਇਹ ਦੌਰ ਸੀਗਾ ਤੇ ਲੇਟੈਸਟ ਹੁਣੇ ਇੱਕ ਸੀਰੀਅਲ ਕੀਤਾ ਮੀਤ ਮਿਲਾ ਦੇ ਰੱਬਾ ਅਜੇ ਹਾਲੀ ਦੇ ਵਿੱਚ ਆਇਆ ਸੀ ਉਹਦੇ ਵਿੱਚ ਰਜ਼ਾ ਮੁਰਾਦ ਸਾਹਿਬ ਤੇ ਮੈਂ ਸੀ ਉਹ ਸੀਗੇ ਹੀਰੋ ਦੇ ਫਾਦਰ ਤੇ ਮੈਂ ਸੀ ਜਿਹੜਾ ਲੜਕੀ ਸੀ ਹੀਰੋਇਨ ਦਾ ਫਾਦਰ ਗੀਤ ਨਾਂ ਦਾ ਜਿਹੜੀ ਕੁੜੀ ਕਾਮ ਕੈਰੈਕਟਰ ਸੀਗਾ ਤੇ ਇਹ ਹਿੰਦੀ ਸੀਰੀਅਲ ਸੀਗੇ ਜੀ ਮੇਰੇ ਤੁਸੀਂ ਅੱਜ ਕੱਲ ਵੀ ਕੁਝ ਪੰਜਾਬੀ ਸੀਰੀਅਲ ਕਰ ਰਹੇ ਹੋ ਤੇ ਅੱਜ ਕੱਲ ਤੁਹਾਡੇ ਹੋਰ ਫਿਲਮਾਂ ਤੇ ਸੀਰੀਅਲਸ ਦੇ ਕੀਰ ਜਿਵੇਂ ਨੇ ਮੈਂ ਇਸ ਵਕਤ ਚੜਿਆ ਚੰਦ ਸਮੁੰਦਰੋਂ ਪਾਰ ਔਰ ਰਾਣੋ ਨਾਂ ਦੇ ਸੀਰੀਅਲ ਮੇਰੇ ਇਹ ਟੀਵੀ 'ਚ ਆ ਰਹੇ ਨੇ ਟੈਲੀਕਾਸਟ ਹੋ ਰਹੇ ਨੇ ਤੇ ਕੱਚ ਦੀਆਂ ਵਾਂਗਾਂ ਨਾਂ ਦਾ ਇੱਕ ਸੀਰੀਅਲ ਹੈ ਉਹ ਬਹੁਤ ਹੀ ਸਰਾਹਿਆ ਜਾ ਰਿਹਾ ਹੈ ਬਾਹਰ ਦੇਚੇ ਈਟੀਸੀ ਪੰਜਾਬੀ ਤੇ ਇਹਦੇ ਡਾਇਰੈਕਟਰ ਨੇ ਇੰਦਰਜੀਤ ਅਰੋੜਾ ਇਹ ਇਹਦੇ ਵਿੱਚ ਵੀ ਐਨ ਸ਼ਰਮਾ ਮੈਂ ਇੱਕ ਕਿਰਦਾਰ ਚ ਮਲਕੀਤ ਸਿੰਘ ਅਨੀਤਾ ਸ਼ਬਦੀਸ਼ ਇਸ ਤਰ੍ਹਾਂ ਕਰਕੇ ਆਰਟਿਸਟ ਨੇ ਇਹਦੇ ਵਿੱਚ ਕੰਮ ਕਰ ਰਹੇ ਨੇ। ਸ਼ਵਿੰਦਰ ਮਾਹਲ ਜੀ ਪੰਜਾਬੀ ਰੇਡੀਓ ਯੂਐਸ ਨਾਲ ਲੰਮੀ ਚੌੜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਭਵਿੱਖ ਦੀਆਂ ਯੋਜਨਾਵਾਂ ਸੰਬੰਧੀ ਸਾਡੇ ਵੱਲੋਂ ਤੁਹਾਨੂੰ ਸ਼ੁਭ ਸ਼ਾਮ। ਗੌਤਮ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੈਨੂੰ रेडियो ਦੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਹੈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੀ ਇਹ ਆਵਾਜ਼ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਸੋ ਮੈਂ ਆਉਣ ਵਾਲੇ ਜਿੰਨੇ ਵੀ ਮੇਰੇ ਦਰਸ਼ਕ ਨੇ ਜੋ ਇਸ ਲਾਈਨ ਨੂੰ ਆਪਣੇ ਵਾਸਤੇ ਇੱਕ ਪ੍ਰੋਫੈਸ਼ਨਲੀ ਅਡਾਪਟ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਮੇਰਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਸੁਨੇਹਾ ਹੈ ਕਿ ਅਗਰ ਤੁਸੀਂ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਹੋ ਯਾਨੀ ਕਿ ਫਿਲਮ ਲਾਈਨ ਨੂੰ ਆਪਣਾ ਪ੍ਰੋਫੈਸ਼ਨਲੀ ਇਹਨੂੰ ਅਡਾਪਟ ਕਰਨਾ ਚਾਹੁੰਦੇ ਹੋ ਤਾਂ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਬੱਚਿਓ ਸੋ ਇਹਨੂੰ ਇੱਕ ਅਖਾੜੇ ਦੀ ਤਰ੍ਹਾਂ ਸਮਝਣਾ ਆਪਣੇ ਆਪ ਨੂੰ ਪੂਰੇ ਤਿਆਰ ਕਰਕੇ ਲੈ ਕੇ ਆਉਣਾ ਕਿਉਂਕਿ ਤੁਹਾਡੇ ਸਾਹਮਣੇ ਬਹੁਤ ਥਾਪੀਆਂ ਮਾਰ ਰਹੇ ਨੇ ਤੇ ਉਹਨਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਹੈ ਤੇ ਉਹ ਥਾਪੀਆਂ ਵਾਲਿਆਂ ਦਾ ਸਾਹਮਣਾ ਤੁਸੀਂ ਤਾਂ ਹੀ ਕਰ पाओगे ਜੇ ਤੁਸੀਂ ਟੋਟਲੀ ਪ੍ਰਪੇਅਰ ਹੋਗੇ ओके थैंक यू वेरी मच सत श्री अकाल थैंक्स सलाम ਇਹ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਰੇਡੀਓ ਯੂ ਐਸ اے ਅਮਰੀਕਾ ਚ ਪੰਜਾਬੀਆਂ ਦੀ ਆਪਣੀ ਆਵਾਜ਼ ਆਪ ਆਪਣੀ ਆਵਾਜ਼